अपने शहर और आसपास की खबरें पाने के लिए हमारे न्यूज़ चैनल को सब्सक्राइब करें और साथ में लगे घंटी वाले बटन को दबाएं। तलवाड़ा की श्री गुरु रविदास धार्मिक सभा के दो गुटों के बीच चल रही वर्चस्व की लड़ाई नए संघर्ष में बदल गई है। नवगठित धार्मिक सभा के प्रधान जगदेव सिंह तथा महासचिव विजय पाल सिंह ने प्रेस वार्ता में अपना पक्ष रखा। उन्होंने कहा कि 25 मई को श्री गुरु रविदास मंदिर परिसर में अमर शहीद संत रामानंद जी के शहीदी समागम मौके पर माथा टेकने आई संगत के साथ पूर्व प्रधान जुधवीर सिंह ने बदसलूकी करते हुए गुरु मर्यादा के खिलाफ संगत में शामिल महिलाओं की अपने मोबाइल पर वीडियो बनानी शुरू कर दी। इसका संगत में महिलाओं ने विरोध किया, जिसके बाद वह गाली गलौज बदसलूकी व हाथापाई पर उतर आए। घटना के बाद पूर्व प्रधान जुधवीर सिंह अस्पताल चले गए, फिर अस्पताल से कहीं और चले गए। नई कमेटी का आरोप है कि जुधवीर सिंह कहीं से अपने शरीर पर कट लगाकर तलवाड़ा की बजाय हाजीपुर में दाखिल हो गए, क्योंकि इनकी पत्नी हाजीपुर के ही अस्पताल में कार्यरत है। उसके बाद पूर्व प्रधान जुधवीर सिंह ने नई कमेटी के पदाधिकारियों व संगत के खिलाफ MLR कटवाकर धारा 324 का झूठा पर्चा दर्ज करवा दिया। नई सभा इसका विरोध करती है तथा झूठा पर्चा रद्द करने की मांग करती है। पूर्व प्रधान की कार्रवाई से संगत में भारी रोष है। प्रेस वार्ता में नई कमेटी के प्रधान जगदेव सिंह, महासचिव विजय पाल सिंह ने बताया कि हमारी कमेटी की शिकायत पर पुलिस ने जुधवीर सिंह के खिलाफ धारा 324, 306, 34 के तहत मामला दर्ज किया है, जहां रजिंदर सिंह बोधराज, कमल संधु, अर्जुन देव, चांद सिंह, गुरदयाल सिंह, राजमल, दविंदर सिंह तथा विशेष रूप से जस्सी तलहन प्रधान पंजाब श्री गुरु रविदास टाइगर फोर्स भी उपस्थित थे। ਤੀਰਾ ਮਾੜਾ ਹੋਣ ਕਰਕੇ ਉਹਦੀ ਭਾਸ਼ਣਬਾਜ਼ੀ ਸ਼ਬਦਾਵਲੀ ਬਹੁਤ ਮਾੜੀ ਸੀਗੀ। ਸੰਗਤ ਦੇ ਵਿੱਚ ਬਹੁਤ ਜ਼ਿਆਦਾ ਰੋਸ ਸੀਗਾ। ਇਸ ਲਈ ਸਾਰੀ ਸੰਗਤ ਨੇ ਫੈਸਲਾ ਇਕੱਠਾ ਕੀਤਾ ਅਤੇ ਇੱਕ ਆਮ ਇਜਲਾਸ ਸਦਕੇ ਇਲੈਕਸ਼ਨ ਕਰਵਾਇਆ ਗਿਆ। ਇਲੈਕਸ਼ਨ ਬਹੁਤ ਹੀ ਪੀਸਫੁਲੀ ਤਰੀਕੇ ਨਾਲ ਹੋਇਆ, ਪਰ ਜੁਧਵੀਰ ਸਿੰਘ ਜੀ ਨੇ ਆਪਣੇ ਜਿਹੜਾ ਹੈਂਕੜਬਾਜ਼ੀ ਦਾ ਰਵੱਈਆ ਨਹੀਂ ਛੱਡਿਆ। ਉਹ ਉੱਥੇ ਸਾਡੇ ਨਾਲ ਵਾਰ ਵਾਰ ਲੜਾਈ ਝਗੜਾ ਕਰਦੇ ਰਹੇ। ਅਸੀਂ ਹਰ ਵਾਰੀ ਪੁਲਿਸ ਪ੍ਰਸ਼ਾਸਨ ਨੂੰ ਲਿਖ ਕੇ ਦਿੰਦੇ ਰਹੇ, SDM, ਤਹਿਸੀਲਦਾਰ, SSP ਤੱਕ ਅਸੀਂ ਉਹਦੀਆਂ ਸ਼ਿਕਾਇਤਾਂ ਕਰਦੇ ਰਹੇ ਵੀ ਸਾਡੇ ਨਾਲ ਹਰ ਵੇਲੇ ਲੜਾਈ ਝਗੜੇ ਦੇ ਮੂਡ ਦੇ ਵਿੱਚ ਰਹਿੰਦਾ ਔਰ ਕਰਦਾ ਹੈ। ਪਰ ਜਦੋਂ ਅਸੀਂ ਸੰਤ ਰਾਮਾਨੰਦ ਜੀ ਦਾ ਬਰਸੀ ਦਾ ਸਮਾਗਮ ਮਨਾਉਣ ਲਈ ਸ੍ਰੀ ਗੁਰੂ ਰਵਿਦਾਸ ਮੰਦਿਰ ਦੇ ਵਿੱਚ ਸ਼ਾਂਤੀਪੂਰਵਕ ਢੰਗ ਨਾਲ ਉੱਥੇ ਗਏ, ਅਸੀਂ ਸ਼ਰਧਾ ਦੇ ਫੁੱਲ ਅਰਪਣ ਕਰ ਰਹੇ ਸਨ ਮਹਾਰਾਜ ਜੀ ਦੇ, ਪਰ ਜੁਧਵੀਰ ਸਿੰਘ ਜੀ ਉੱਥੇ ਉਹਨਾਂ ਨੇ ਕੀ ਕੀਤਾ, ਗੁਰੂ ਘਰ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ, ਲਾਈਟਾਂ ਬੰਦ ਕਰ ਦਿੱਤੀਆਂ, ਸੰਗਤ ਬਾਹਰ ਆ ਗਈ। ਜਦੋਂ ਬਾਹਰ ਸੰਗਤ ਆਈ ਤੇ ਕੁਝ ਜਿਹੜੇ ਸਾਡੇ ਜੈਂਟਸ ਸੰਗਤ ਸੀਗੀ ਉਹ ਇੱਕ ਪਾਸੇ ਜਿੱਥੇ ਇਹਨਾਂ ਨਵਾਂ ਕਮੇਟੀ ਹਾਲ ਬਣਾਇਆ ਉੱਥੇ ਜਾ ਕੇ ਬੈਠ ਗਈ ਔਰ ਸਤਨਾਮ ਵਾਹਿਗੁਰੂ ਦਾ ਜਾਪ ਲੱਗ ਪਏ ਕਰ। ਤੇ ਜਿਹੜੀ ਸਾਡੀ ਲੇਡੀ ਸੰਗਤ ਸੀ ਸਾਡੀਆਂ ਉਹ ਗੁਰੂ ਘਰ ਦੇ ਸਾਹਮਣੇ ਖੜੀਆਂ ਸਨ ਤੇ ਜੁਧਵੀਰ ਸਿੰਘ ਜੀ ਨੇ ਇੱਕ ਲੜਕੇ ਨੂੰ ਕਿਹਾ ਵੀ ਤੂੰ ਮੂਵੀ ਬਣਾ। ਜਦੋਂ ਮੂਵੀ ਬਣਾਉਣ ਨੂੰ ਕਿਹਾ ਤਾਂ ਉਹਨਾਂ ਦੇ ਇੱਕ ਸਾਡੇ ਜਿਹੜੀ ਸੰਗਤ ਨੇ ਵਿਰੋਧ ਕੀਤਾ ਵੀ ਤੂੰ ਮੂਵੀ ਨਹੀਂ ਬਣਾ ਸਕਦਾ, ਪਰ ਜੁਧਵੀਰ ਸਿੰਘ ਜੀ ਨੇ ਕੈਮਰਾ ਲੈ ਕੇ ਆਪ ਮੂਵੀ ਬਣਾਉਣੀ ਸ਼ੁਰੂ ਕਰ ਦਿੱਤੀ। ਜਿਹੜਾ ਬਾਰ ਬਾਰ ਝਗੜਾ ਹੋ ਰਿਹਾ, ਤੁਸੀਂ ਪ੍ਰਸ਼ਾਸਨ ਤੋਂ ਇਹਦੀ ਕੀ ਮੰਗ ਕਰਦੇ ਹੋ? ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਸ ਚੀਜ਼ ਦੀ ਇਨਕੁਆਇਰੀ ਕਰਾਈ ਜਾਵੇ ਵੀ ਇਹਨੂੰ ਕਿਸ ਨੇ ਅਧਿਕਾਰ ਦਿੱਤਾ ਆ ਮੂਵੀ ਬਣਾਉਣ ਦਾ ਲੇਡੀ ਸੰਗਤ ਦਾ। ਨੰਬਰ 2, ਜਦੋਂ ਇਹਨੇ ਝਗੜਾ ਕੀਤਾ ਇਹ ਹੋਸਪਿਟਲ ਦੇ ਵਿੱਚ ਗਿਆ, ਹੋਸਪਿਟਲ ਜਾ ਕੇ ਉੱਥੇ ਇਹਦਾ ਇਲਾਜ ਕੀਤਾ ਗਿਆ, ਇਲਾਜ ਕੀਤਾ, ਇਹਦੇ ਇੰਜੈਕਸ਼ਨ ਲਾਏ ਗਏ। ਪਰ ਕੁਝ ਸਮੇਂ ਬਾਅਦ ਇਹ ਜੋ ਇਹ ਚਾਹੁੰਦਾ ਸੀਗਾ, ਇਹ ਚਾਹੁੰਦਾ ਸੀਗਾ ਵੀ ਮੇਰੀ ਕੱਟ ਲਾ ਦਿੱਤਾ ਜਾਵੇ ਤਾਂ ਮੇਰੀ 324-25-26 ਬਣਾਈ ਜਾਵੇ, ਪਰ ਉੱਥੇ ਇਹਦੀ ਗੱਲ ਪੁੱਗੀ ਨਹੀਂ। ਹਾਜੀਪੁਰ ਹੋਸਪਿਟਲ ਦੇ ਵਿੱਚ ਇਹਦੀ ਜਨਾਨੀ ਸ੍ਰੀਮਤੀ ਕਸ਼ਮੀਰ ਕੌਰ ਜੀ ਜਿਹੜੀ ਸਰਵਿਸ ਕਰ ਰਹੀ ਆ ਉੱਥੇ ਜਾ ਕੇ ਰਸਤੇ ਦੇ ਵਿੱਚ ਕੱਟ ਲਾ ਕੇ ਤਾਂ ਆਪਣੀ ਜਿਹੜੀ 324 ਦਾ ਪਰਚਾ ਬਣਾਇਆ। ਅਸੀਂ ਚਾਹੁੰਦੇ ਹਾਂ ਵੀ ਇਹਦੀ ਜਿਹੜੀ ਆ ਇਨਕੁਆਇਰੀ ਕਰਾਈ ਜਾਵੇ, ਇਹ ਝੂਠਾ ਪਰਚਾ ਜਿਹੜਾ ਉਹਨੂੰ ਰੱਦ ਕੀਤਾ ਜਾਵੇ। ਦਾਸ ਧਾਰਮਿਕ ਸਭਾ Sector 3 ਤਲਵਾੜਾ ਵੱਲੋਂ ਵਿਸ਼ੇਸ਼ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦਾ ਮੁੱਖ ਵਿਸ਼ਾ ਜਿਹੜਾ ਹੈ ਸਾਡੇ ਸ੍ਰੀ ਗੁਰੂ ਰਵਿਦਾਸ ਮੰਦਿਰ ਦੇ ਜਿਹੜੇ ਸਾਬਕਾ ਪ੍ਰਧਾਨ ਹੈ ਯੁੱਧਵੀਰ ਸਿੰਘ, ਜਿਨ੍ਹਾਂ ਨੇ ਲਗਾਤਾਰ ਸੰਗਤ ਦੇ ਜਿਹੜੇ ਫਤਵਾ ਹੈ, ਜਿਹੜਾ ਸੰਗਤ ਵੱਲੋਂ ਨਵੇਂ ਪ੍ਰਧਾਨ ਚੁਣੇ ਗਏ ਹੈ, ਸਾਰੀ ਸੰਗਤ ਪੂਰੇ ਤਲਵਾੜੇ ਨੇ ਸਾਡੇ ਜਗਦੇਵ ਸਿੰਘ ਜੀ ਨੂੰ ਪ੍ਰਧਾਨ ਮੰਨਿਆ। ਸਿਰਫ ਤਲਵਾੜੇ 'ਚ ਇੱਕੋ ਸ਼ਖਸ ਹੈ ਯੁੱਧਵੀਰ ਸਿੰਘ ਜਿਹੜਾ ਜਗਦੇਵ ਸਿੰਘ ਨੂੰ ਪ੍ਰਧਾਨ ਮੰਨਣ ਨੂੰ ਤਿਆਰ ਨਹੀਂ। ਇਹੀ ਕਾਰਨ ਹੈ ਕਿ ਇਹ ਜਿਹੜੀ ਇਹ ਪਿਛੋਕੜ ਆਪਾਂ ਇਹਦੇ ਇਤਿਹਾਸ 'ਚ ਜਾਈਏ ਤਾਂ 27 ਤੋਂ 18 ਨੂੰ ਸਾਡੇ 18 ਮੈਂਬਰੀ ਕਮੇਟੀ 'ਚੋਂ ਜਿਹੜੇ 2 ਮੈਂਬਰ ਜਿਹੜੇ ਉਹ ਤਲਵਾੜਾ ਛੱਡ ਕੇ ਚੱਲ ਗਏ ਸਨ ਅਤੇ 11 ਨੇ ਯੁੱਧਵੀਰ ਸਿੰਘ ਦੇ ਖਿਲਾਫ ਅਸਤੀਫਾ ਦਿੱਤਾ। ਉਹਦਾ ਕਾਰਨ ਇੱਕੋ ਹੀ ਸੀ,
ਕਿ ਯੁੱਧਵੀਰ ਸਿੰਘ ਲਗਾਤਾਰ ਮਨਮਾਨੀਆਂ ਕਰ ਰਿਹਾ, ਜਿਹੜੇ ਪੈਸੇ ਦਾ ਹਿਸਾਬ ਕਿਤਾਬ ਹੈ ਉਹ ਵੀ ਕਮੇਟੀ ਨੂੰ ਨਹੀਂ ਦੇ ਰਿਹਾ। ਜਿਸ ਬੰਦੇ ਕੋਲ 10,000 ਰੁਪਇਆ ਖਰਚਣ ਦਾ ਅਖਤਿਆਰ ਹੋਵੇ ਪ੍ਰਧਾਨ ਕੋਲ, ਪਰ ਉਹ 12 ਲੱਖ ਦੀ ਇੱਕ ਬਿਲਡਿੰਗ ਖੜੀ ਕਰਨ ਜਾ ਰਿਹਾ ਹੋਵੇ ਔਰ ਬਿਨਾਂ ਕਮੇਟੀ ਦੀ ਇਜਾਜ਼ਤ ਤੋਂ, ਬਿਨਾਂ ਕਮੇਟੀ ਦਾ ਮਤਾ ਪਾਸ ਕੀਤੇ। ਐਨਕਾਊਂਟਰ ਤਲਵਾੜਾ ਸੇ ਜੋਤੀ ਗੌਤਮ ਕੀ ਰਿਪੋਰਟ।